3, 2, 1 टेंथ क्लास फर्स्ट चैप्टर विच साडा एक बहुत इंपॉर्टेंट सम है सिद्ध करो वर्गमूल 3 वर्गमूल 2 वर्गमूल 5 वर्गमूल 7 वर्गमूल 11 अपरिमेय संख्यावां हन इन्हां विचों कोई एक बोर्ड दे एग्जाम विच बहुत वारी आ चुके हन मैं तुहानूं इन्हां विचों एक टाइप अज करने सिखाऊंगी ਉਹ ਹੈ ਸਿੱਧ ਕਰੋ ਕਿ ਵਰਗਮੂਲ 2 ਇੱਕ ਅਪਰਿਮੇਯ ਸੰਖਿਆ ਹੈ ਇਸ ਤਰ੍ਹਾਂ ਦੇ ਸਵਾਲ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਮੰਨਣਾ ਪਏਗਾ ਕਿ ਵਰਗਮੂਲ 2 ਇੱਕ ਪਰਿਮੇਯ ਸੰਖਿਆ ਹੈ ਅਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਰਿਮੇਯ ਸੰਖਿਆ ਹੁੰਦੀ ਕੀ ਹੈ ਪਰਿਮੇਯ ਸੰਖਿਆ ਉਹ ਸੰਖਿਆ ਹੁੰਦੀ ਹੈ ਜਿਸ ਨੂੰ ਅਸੀਂ ਪੀ ਵਟਾ ਕਿਊ ਦੇ ਰੂਪ ਵਿੱਚ ਲਿਖ ਸਕਦੇ ਹਾਂ ਅਤੇ ਕਿਊ ਨੋਟ ਇਕੁਅਲ ਟੂ 0 ਹੁੰਦੀ ਹੈ ਇਸ ਸਵਾਲ ਵਿੱਚ ਵੀ ਅਸੀਂ ਮੰਨਾਂਗੇ ਕਿ ਵਰਗਮੂਲ 2 ਏ ਬਟਾ ਬੀ ਦੇ ਬਰਾਬਰ ਹੈ ਅਸੀਂ ਇਸ ਵਿੱਚ ਮੰਨ ਕੇ ਚੱਲਦੇ ਹਾਂ ਕਿ ਏ ਅਤੇ ਬੀ ਕੋ ਪ੍ਰਾਈਮ ਹਨ ਕੋ ਪ੍ਰਾਈਮ ਦਾ ਮਤਲਬ ਏ ਅਤੇ ਬੀ ਸਹਿ ਅਪਾਜ ਹਨ ਸਹਿ ਅਪਾਜ ਉਹ ਸੰਖਿਆਵਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਕੋਈ ਵੀ ਸਾਂਝਾ ਗੁਣਨਖੰਡ ਨਹੀਂ ਹੁੰਦਾ ਇੱਕ ਤੋਂ ਬਿਨਾਂ ਕੋਈ ਹੋਰ ਸਾਂਝਾ ਗੁਣਨਖੰਡ ਨਹੀਂ ਹੁੰਦਾ ਅਗਰ ਇਸ ਨੂੰ ਅਸੀਂ ਮਲਟੀਪਲਾਈ ਕਰਦੇ ਹਾਂ ਤਾਂ ਸਾਡੇ ਕੋਲ ਏ ਬਰਾਬਰ ਵਰਗਮੂਲ 2 ਬੀ ਆ ਜਾਂਦਾ ਹੈ ਜੇ ਇਸ ਦੇ ਦੋਹਾਂ ਪਾਸੇ ਵਰਗ ਕਰੀਏ ਦੋਹਾਂ ਪਾਸੇ ਵਰਗ ਕਰਨ 'ਤੇ ਸਾਨੂੰ ਪ੍ਰਾਪਤ ਹੁੰਦਾ ਹੈ ਏ ਸਕੇਅਰ ਬਰਾਬਰ 2 ਬੀ ਸਕੇਅਰ ਇਹ ਮੈਂ ਤੁਹਾਨੂੰ ਵਰਗ ਕਰਕੇ ਦਿਖਾਉਂਦੀ ਹਾਂ ਵਰਗਮੂਲ 2 ਬੀ ਮਲਟੀਪਲਾਈ ਬਾਏ ਵਰਗਮੂਲ 2 ਬੀ ਵਰਗਮੂਲ 4 ਬੀ ਸਕੁਅਰ ਇਹ ਬਣ ਗਿਆ 2 ਬੀ ਸਕੁਅਰ ਇਜ਼ ਇਟ ਕਲੀਅਰ ਟੂ ਯੂ ਅੱਗੋਂ ਦੇਖੋ ਹੁਣ ਅਸੀਂ ਦੇਖ ਰਹੇ ਹਾਂ ਕਿ ਜੋ ਏ ਹੈ ਏ ਸਕੁਅਰ ਹੈ 2 ਉਸਦਾ ਗੁਣਨਖੰਡ ਹੈ ਕਿਉਂਕਿ 2 ਨੂੰ ਬੀ ਸਕੁਅਰ ਨਾਲ ਗੁਣਾ ਕਰਕੇ ਜੋ ਵੈਲਿਊ ਬਣੀ ਉਹ ਏ ਸਕੁਅਰ ਦੇ ਬਰਾਬਰ ਆਈ ਇਸਦਾ ਮਤਲਬ 2 ਜੋ ਹੈ ਏ ਸਕੁਅਰ ਦਾ ਗੁਣਨਖੰਡ ਹੈ ਅਗਰ 2 ਏ ਸਕੁਅਰ ਦਾ ਗੁਣਨਖੰਡ ਹੈ ਤਾਂ 2 ਏ ਦਾ ਵੀ ਗੁਣਨ ਖੰਡ ਹੈ ਇਸਦਾ ਮਤਲਬ ਏ ਜਿਹੜਾ 2 ਗੁਣਾ ਕਿਸੇ ਸੰਖਿਆ ਦੇ ਬਰਾਬਰ ਹੋ ਸਕਦਾ ਹੈ ਇਸ ਨੂੰ 1 ਵਿੱਚ ਭਰਨ 'ਤੇ ਇਸ ਨੂੰ ਅਸੀਂ 1 ਮੰਨਿਆ ਏ ਬਰਾਬਰ 2 ਸੀ ਨੂੰ 1 ਵਿੱਚ ਭਰਨ 'ਤੇ ਅਸੀਂ ਪ੍ਰਾਪਤ ਕਰਦੇ ਹਾਂ 2 ਸੀ ਹੋਲ ਸਕੁਅਰ ਇੱਥੇ ਵੈਲਿਊ ਭਰੀ ਏ ਦੀ 2 ਸੀ ਇਹ ਬਣ ਗਿਆ 2 ਸੀ ਸਕੁਅਰ ਇਹ ਬਣ ਗਿਆ 2 ਬੀ ਸਕੁਅਰ ਅਗਰ ਇਸ ਨੂੰ ਅਸੀਂ ਹੱਲ ਕਰਦੇ ਹਾਂ ਇਹ ਸਾਡੇ ਕੋਲ 4 ਸੀ ਸਕੁਅਰ ਦੇ ਬਰਾਬਰ ਆ ਜਾਂਦਾ ਹੈ ਹੁਣ ਜੇ ਇਸ ਨੂੰ ਆਪਾਂ 2 ਨੂੰ ਇੱਧਰ ਪੂਰੀ ਸੰਖਿਆ ਨੂੰ ਅਸੀਂ ਅਗਰ 2 ਨਾਲ ਭਾਗ ਕਰੀਏ ਸਾਡੇ ਕੋਲ ਆਉਂਦਾ ਹੈ ਬੀ ਸਕੁਅਰ ਬਰਾਬਰ 2 ਸੀ ਸਕੁਅਰ ਇਸ ਤੋਂ ਇਹ ਪਤਾ ਲੱਗਿਆ ਕਿ 2 ਬੀ ਸਕੁਅਰ ਦਾ ਗੁਣਨਖੰਡ ਹੈ ਅਤੇ 2 ਬੀ ਦਾ ਵੀ ਗੁਣਨਖੰਡ ਹੈ ਏ ਅਤੇ ਬੀ ਦੋਵੇਂ ਹੀ 2 'ਤੇ ਵੰਡੇ ਜਾ ਰਹੇ ਹਨ ਪਰ ਅਸੀਂ ਸ਼ੁਰੂ ਵਿੱਚ ਇਹ ਮੰਨਿਆ ਸੀ ਕਿ ਏ ਅਤੇ ਬੀ ਦੇ ਵਿੱਚ ਕੋਈ ਵੀ ਸਾਂਝਾ ਗੁਣਨਖੰਡ ਨਹੀਂ ਹੈ ਏ ਅਤੇ ਬੀ ਸਹਿ ਅਪਾਜ ਹਨ ਇਸਦਾ ਮਤਲਬ ਜੋ ਅਸੀਂ ਸ਼ੁਰੂ 'ਤੇ ਮੰਨਿਆ ਸੀ ਉਹ ਗਲਤ ਹੈ
ਅਤੇ ਵਰਗਮੂਲ 2 ਇੱਕ ਅਪਰਿਮੇਯ ਸੰਖਿਆ ਹੈ। ਧੰਨਵਾਦ।